ਦੋਨੇ ਹੱਥ ਸਲਾਮਤ ਵਾਲਿਓ, ਜੇ ਤੁਸੀਂ ਇਸ ਜੰਗ ਦਾ ਹਿੱਸਾ ਨਹੀਂ ਬਣੇ ਨਾ ਕਿਸੇ ਤਰੀਕੇ, ਤਾਂ ਸੋਚਿਓ ਕੱਲ੍ਹ ਨੂੰ ਸ਼ੀਸ਼ੇ ਦੇ ਅੱਗੇ ਖੜ ਕੇ ਕਿ ਤੁਸੀਂ ਇਸ ਤੋਂ ਜ਼ਿਆਦਾ ਅਪਾਹਜ ਤਾਂ ਨਹੀਂ। ਇਹ ਸੱਜਣ ਕਦੇ ਵੀ ਅਪਾਹਜ ਨਹੀਂ ਹੋ ਸਕਦਾ। ਇਹਦੀ ਸੇਵਾ ਨੂੰ ਸਲਾਮ ਆ, ਇਹਦੇ ਜਜ਼ਬੇ ਨੂੰ ਸਲਾਮ ਆ। ਦਿੱਲੀ ਮੋਰਚੇ ਦੇ ਉੱਤੇ ਇਸ ਬੰਦੇ ਦੀਆਂ ਜਦੋਂ ਅੱਗੇ ਗੱਲਾਂ ਸੁਣੋਗੇ ਨਾ, ਤਾਂ ਇਹ ਗੱਲਾਂ ਇਹ ਜਿਹੀਆਂ ਕਰੂਗਾ ਕਿ ਤੁਹਾਡੇ ਲੂੰ ਕੰਡੇ ਖੜ੍ਹੇ ਹੋ ਜਾਣਗੇ। ਇੱਕੋ ਹੀ ਬੇਨਤੀ ਆ, ਜੇ ਕੋਈ ਕਿਸੇ ਵੀ ਕਾਰਨ ਕਰਕੇ ਨਹੀਂ ਜਾ ਸਕਿਆ ਤਾਂ ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦਿਓ ਭਰਾ ਬਣ ਕੇ ਕਿ ਦੁਨੀਆ ਤੱਕ ਪਹੁੰਚਣੀ ਚਾਹੀਦੀ ਆ ਕਿ ਸਾਡੇ ਲੋਕਾਂ ਦਾ ਜਜ਼ਬਾ ਕਿੱਡਾ, ਸਾਡੇ ਲੋਕਾਂ ਦਾ ਹੌਸਲਾ ਕਿੱਡਾ। ਰੌਂਤੇ ਵਾਲਾ ਗੱਲ ਨਹੀਂ ਲਿਖਦਾ, ਦੇਖ ਲਿਖਦੇ ਮੈਂ ਲੋਕ ਹੱਥਾਂ ਬਾਹਾਂ ਤੋਂ ਬਗੈਰ ਪਹੁੰਚ ਚੰਨ ਤੱਕ ਜਾਂਦੇ ਲੋਕ ਰਾਹਾਂ ਤੋਂ ਬਗੈਰ। ਉਹੀ ਗੱਲ ਸਾਬਤ ਕਰਤੀ ਇਸ ਭਰਾ ਨੇ। ਆ ਜਾਓ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹਾਂ ਬਾਈ ਦੀ। ਹੱਥ ਨਹੀਂ ਹੈਗੇ, ਦੋਨੇ ਹੱਥ। ਸ਼ਰਮ ਹੋਣੀ ਚਾਹੀਦੀ ਉਹਨੇ ਲੋਕਾਂ ਨੂੰ ਜਿਹੜੇ ਹਜੇ ਵੀ ਘਰੇ ਰਜਾਈਆਂ ਜਾਂ ਕੰਬਲਾਂ 'ਚ ਪਏ ਜਾਂ ਭਾਰਤ ਦੇ ਕਿਸੇ ਵੀ ਕੋਨੇ 'ਚ ਬੈਠੇ ਹੋਣਗੇ। ਕੁਛ ਭਰਾਵਾਂ ਨੇ ਧਨ ਦੇ ਨਾਲ ਸੇਵਾ ਕੀਤੀ, ਕਿਸੇ ਨੇ ਮਨ ਦੇ ਨਾਲ ਕੀਤੀ। ਸੇਵਾ ਆਪੋ ਆਪਣੇ ਤਰੀਕੇ ਹੁੰਦੀ ਆ। ਬਾਈ ਦਾ ਸੇਵਾ ਦਾ ਜਜ਼ਬਾ ਦੇਖ ਲਓ, ਇੱਥੇ ਖੁਦ ਮੈਦਾਨ ਦੇ ਵਿੱਚ ਖੜਾ। ਆ ਕੱਲੀ ਬਾਈ 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 ਦੇ ਲੜੂਆ ਮੈਂ ਫੱਜਾਂ ਮਾਰ ਮਾਰ ਕੇ। ਆ ਬਾਈ ਵੱਲ ਦੇਖ ਕੇ ਇੰਨਾ ਕੁ ਭਾਵੁਕ ਹੋ ਗਿਆ। ਸ਼ਰਮ ਆਉਂਦੀ ਆ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਯੋਗਦਾਨ ਨਹੀਂ ਪਾਇਆ। ਬਾਈ ਕੀ ਕਹੀਏ, ਕਿਹਨੂੰ ਕਹੀਏ? ਸ਼ਰਮ ਆਉਣੀ ਚਾਹੀਦੀ, ਸ਼ਰਮ ਇਹਨਾਂ ਨੂੰ। ਬਾਈ ਇੱਦੂ ਤਾਂ ਕਿਸੇ ਚੀਜ਼ ਭਾਂਡੇ 'ਚ ਪਾਣੀ 'ਚ ਨਾਕੜ ਵੋ ਕੇ ਮਰ ਜਾਓ ਜਿਹੜੇ ਹਜੇ ਵੀ ਘਰੇ ਬੈਠੇ ਆ। ਬਾਈ ਜੀ 26 ਤਰੀਕ ਦਿੱਤੀ ਆ ਨਾ, ਤਾਂ ਸਾਨੂੰ 20-21-22 ਇੱਥੇ ਪਹੁੰਚਣਾ ਚਾਹੀਦਾ। ਕੋਈ ਗਵਰਨਮੈਂਟ ਚਾਲ ਚੱਲ ਸਕਦੀ ਆ, ਕੁਛ ਵੀ ਚੱਲ ਸਕਦੀ ਆ। ਜਿਹੜੇ ਹਜੇ ਵੀ ਨਹੀਂ ਆਉਣਾ ਚਾਹੁੰਦੇ ਨਾ, ਭਰਾ ਵੱਲ ਦੇਖ ਰਹੇ ਹੋ। ਬਾਈ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ 'ਚੋਂ ਹਾਂ। ਬਾਈ ਦਾ ਡੈਡੀ ਕਿਸੇ ਨਾਲ ਸੀਰੀ ਰਲਿਆ ਹੋਇਆ ਸੀ ਜਦੋਂ ਬਾਈ ਦੀ ਆ ਸੱਟ ਲੱਗੀ ਆ। ਬਾਈ ਦੇ ਬਿਜਲੀ 11-12 ਸਾਲ ਦਾ ਸੀ, 12 ਸਾਲ ਦਾ ਸੀ, ਤੇ ਇਸ ਕਾਰਨ ਬਾਈ ਦਾ ਵਿਆਹ ਵੀ ਨਹੀਂ ਹੋ ਸਕਿਆ। ਬਾਈ ਕਹਿੰਦਾ ਪਰ ਜਿਹੜੇ ਮੇਰੇ ਪਿੰਡ ਦੇ ਭੈਣ ਭਰਾ ਨੇ ਜਾਂ ਦੇਸ਼ ਦੇ ਭੈਣ ਭਰਾ ਨੇ ਉਹਨਾਂ ਦੇ ਹੱਕਾਂ ਲਈ ਲੜਿਆ, ਉਹਨਾਂ ਦੇ ਲਈ ਖੜਾ ਵਾ। ਉਹਨੂੰ ਮਾਲਕ ਨੇ ਦਿਲ ਦੇਤਾ ਨਾ, ਦਿਮਾਗ ਦੇਤਾ। ਦੇਖੋ ਤੁਸੀਂ ਇੱਥੋਂ ਤਕੜੇ ਆ, ਤੁਹਾਡੇ ਤੇ ਤਾਂ ਮਾਲਕ ਨੇ ਮਿਹਨਤਾਂ ਪਾਈ ਆ। ਮੈਂ ਅਨਪੜ੍ਹ ਹੂੰ, ਮੈਨੂੰ ਨਾ ਤੋਂ ਨੰਬਰ ਲਾਣ ਦਾ ਪਤਾ, ਨਾ ਮੈਨੂੰ ਨੰਬਰ ਦਾ ਪਤਾ। ਤੇ ਮਤਲਬ 20 ਵਾਰੀ ਦੱਸ ਜਦੋਂ ਮੈਨੂੰ ਵੀ ਆਹ ਨੰਬਰ ਨਾ ਮੈਂ ਯਾਦ ਰਹਿ ਨਾ ਸੀ ਨਾ। ਬਾਈ ਕਹਿੰਦਾ ਮੈਂ ਅਨਪੜ੍ਹ ਆ, ਮੈਨੂੰ ਨੰਬਰ ਡਾਇਲ ਕਰਨਾ ਨਹੀਂ ਆਉਂਦਾ, ਇਹ ਨਹੀਂ ਕਰਨਾ ਆਉਂਦਾ। ਬਾਈ ਇੱਕ ਗੱਲ ਤੁਹਾਨੂੰ ਮੈਂ ਅੱਜ ਦੱਸ ਦਿੰਦਾ ਭਰਾ ਵੱਲ ਦੇਖ ਕੇ, ਬਾਈ ਜੀ ਤੁਸੀਂ ਅਨਪੜ੍ਹ ਜ਼ਰੂਰ ਹੋਵੋਗੇ, ਤੁਹਾਨੂੰ ਮਾਲਕ ਨੇ ਸਮਝ ਦਿੱਤੀ ਆ, ਸੋਚ ਦਿੱਤੀ ਆ। ਜਿਹੜੀ ਅਕਲ ਆ ਨਾ, ਸਮਝ ਆ, ਉਹ ਪੜ੍ਹਾਈ ਲਿਖਾਈ ਦਾ ਨਹੀਂ ਆਉਂਦੀ। ਇੱਥੇ ਕਈ PhDਆਂ ਕਈ ਤੁਰੇ ਫਿਰਦੇ ਆ ਜਿੱਦਾਂ ਨੂੰ ਇਹੀ ਨਹੀਂ ਪਤਾ, ਜਿਹੜੇ ਇੱਥੇ ਇਕੱਲੀਆਂ ਫੋਟੋਆਂ ਖਿਚਾਉਣੀ ਆਉਂਦੇ ਆ, ਆਏ ਫੋਟੋ ਖਿਚਾ ਕੇ ਚਲੇ ਗਏ, ਦੋ ਸ਼ਬਦ ਲਿਖ ਕੇ ਪਾਤੇ। ਪਰ ਸੰਘਰਸ਼ 'ਚ ਲੜਨ ਲਈ ਤੁਹਾਡੇ ਵਰਗੇ ਯੋਧਿਆਂ ਦੀ ਲੋੜ ਆ। ਬਾਈ ਜੇ ਤੇਰੇ ਕੋਲ ਪਰਮਾਤਮਾ ਨੇ ਬਾਹਾਂ ਨਹੀਂ ਦਿੱਤੀਆਂ ਨਾ, ਤੈਨੂੰ ਦਿਲ ਦਿੱਤਾ, ਦਿਮਾਗ ਦਿੱਤਾ, ਤੈਨੂੰ ਜੋਸ਼ ਦਿੱਤਾ, ਬਈ ਇਹ ਉਹਨਾਂ ਸਭ ਦੇ ਮੂੰਹ ਦੇ ਚਪੇੜ ਆ ਜਿਹੜੇ ਹਜੇ ਵੀ ਆਪਣੇ ਘਰੇ ਰਜਾਈਆਂ 'ਚ ਬੈਠੇ ਆ। ਸ਼ਰਮ ਕਰਿਓ, ਜੇ ਤੁਹਾਨੂੰ ਹਜੇ ਵੀ ਸ਼ਰਮ ਨਹੀਂ ਆਉਂਦੀ, ਕੁਛ ਖਾ ਕੇ ਮਰ ਜਿਓ। ਤੁਸੀਂ ਇਹ ਆਪਦੇ ਨਾਂ ਪਿੱਛੇ ਨਾ ਸਿੰਘ ਜਾਂ ਸੂਰਮੇ ਜਾਂ ਪੰਜਾਬੀ ਲਾਉਣਾ ਛੱਡ ਦਿਓ। ਜਿਹੜੀ ਸਾਡੀ ਕੌਮ ਆ, ਇੱਕ ਬਹਾਦਰਾਂ ਦੀ ਕੌਮ ਆ, ਯੋਧਿਆਂ ਦੀ ਕੌਮ ਆ, ਜਾਂ ਭਾਰਤ ਦੇ ਹੋਰਾਂ ਦੇਸ਼ਾਂ 'ਚ, ਹੋਰਾਂ ਸੂਬਿਆਂ 'ਚ, ਹੋਰਾਂ ਕੋਨਿਆਂ 'ਚ ਲੋਕ ਬੈਠੇ ਹੋਣਗੇ। ਸ਼ਰਮ ਕਰੋ ਬਾਈ, ਸ਼ਰਮ। ਜਿਹੜੇ ਹਜੇ ਵੀ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣੇ, ਤਾਂ ਤੁਹਾਡੇ ਕੋਲ ਆਖਰੀ ਮੌਕਾ 20-22-21 ਜਨਵਰੀ ਨੂੰ ਇੱਥੇ ਜ਼ਰੂਰ ਪਹੁੰਚੋ। 26 ਤੋਂ ਪਹਿਲਾਂ ਇੱਥੇ ਪਹੁੰਚੋ। ਮੈਨੂੰ ਜੀ ਜਿੱਥੇ ਮਰਜ਼ੀ ਲੈ ਜਾਓ ਟੰਕੇ, ਉੱਥੇ ਮੈਂ ਹਾਜ਼ਰ ਹਾਂ, ਮਨਜ਼ੂਰ ਹਾਂ, ਤੁਹਾਡੇ ਨਾਲ ਮੈਂ ਹਾਜ਼ਰ ਹਾਂ। ਧੰਨਵਾਦ। ਮੇਰੇ ਸਾਰੇ ਭਰਾ ਨੇ, ਮੇਰਾ ਕੋਈ ਦੁਸ਼ਮਣ ਨਹੀਂ ਗਾ। ਇਹ ਕੇਤਲੀ ਕਿਵੇਂ ਚੱਕ ਕਰਦਾ, ਕਿੰਨੀ ਸੇਵਾ ਕਰਦਾ, ਇਹ ਕੇਤਲੀ ਚੱਕ ਵੀ ਲੈਂਦਾ। ਦੇਖੋ ਕਿਵੇਂ ਕੇਤਲੀ ਲਈ ਜਾਂਦਾ, ਇਹ ਲੰਗਰ ਤੋਂ ਕੇਤਲੀ ਚੱਕ ਕੇ ਸਾਡੇ ਪਿੰਡ ਦੀ ਇੰਨੀ ਮਦਦ ਕਰਦਾ। ਬਾਈ ਜੀ, ਸਾਡਾ ਪਿੰਡ ਘੋੜੇ ਨਾਵ ਹੈ, ਜ਼ਿਲ੍ਹਾ ਸੰਗਰੂਰ ਹੈ। ਇੱਥੇ ਲੰਗਰ ਤੇ ਕੰਮਾਂ ਤੇ ਸੇਵਾ ਕਰਨ ਆਇਆ, ਆਪਣੇ ਅੰਦੋਲਨ 'ਚ ਆਇਆ। ਬਾਈ ਜੀ, ਇਹਦੇ ਦੋਨੇ ਬਾਹਾਂ ਨਹੀਂ ਹੈ, ਛੋਟੇ ਹੁੰਦੇ ਦੇ ਬਾਹਾਂ ਬਿਜਲੀ ਨਾਲ ਕੱਟ ਗਏ ਦੀਆਂ। ਇਹ ਸਾਰੇ ਕੰਮ ਕਰਦਾ ਬਾਈ ਜੀ। ਸੁੰਬਰ ਦਾ ਇਹ ਹੈ, ਝਾੜੂ ਮਾਰਦਾ, ਚਾਹ ਵੀ ਪਿਉਂਦਾ, ਤੇ ਬਾਕੀ ਭਾਂਡੇ ਜਾਂ ਉਹਨਾਂ ਪਰਾਂ ਚੱਕ ਕੇ ਜਿਹੜੇ ਇਹਦੇ ਹੱਥ 'ਚ ਫਸ ਜਾਂਦੇ ਨੇ ਸਾਰੇ ਕੰਮ, ਇਹ ਉੱਥੇ ਲੰਗਰ ਤੇ ਵੇਚਦਾ, ਜਾਂ ਦੁੱਧ ਵੀ ਡਰੰਮ ਚੱਕ ਕੇ ਲਿਆਉਂਦਾ ਇੱਕ ਹੱਥ ਨਾਲ ਜੀ। ਤੇ ਬਾਕੀ ਇਹ ਜਿੰਨੇ ਵੀ ਕੰਮ ਨੇ, ਭਾਂਡੇ ਵੀ ਮਜਾ ਦਿੰਦਾ, ਕਿਉਂ ਇੱਕ ਪਾਸੇ ਭਾਂਡਾ ਮਾਂਜ ਲੈਂਦਾ, ਦੂਜੇ ਪਾਸੇ ਗਲਾਸ ਚ ਗਲਾਸ ਪਾ ਕੇ ਲੈ ਜਾਂਦਾ। ਜੱਗ ਪਾਇਆ ਪਾਣੀ ਗਰਮ ਉਹਨੂੰ ਪਾਤਾ। ਹੱਥ ਕਿਵੇਂ ਕੱਟੇ ਗਏ ਸੀ ਬਾਈ ਜੀ? ਛੋਟਾ ਜਿਹਾ ਸੀ, 11-11.5 ਸਾਲ ਦਾ ਸੀ।
ਉੱਤੇ ਚੜ ਗਏ ਜੀ ਬਿਜਲੀ ਵਾਲੇ ਖੰਭੇ ਤੇ। ਅੱਛਾ ਜੀ। ਨਿਆਣਾ ਸੀਗਾ। ਅੱਛਾ ਜੀ। ਮੈਨੂੰ ਪਤਾ ਨਹੀਂ ਸੀਗਾ। ਠੀਕ ਹੈ ਜੀ। ਉਹਨੇ ਛਾੜੀਆਂ ਹੋਈਆਂ ਮਤਲਬ ਕਿ ਡਾਕਟਰਾਂ ਨੇ ਕੱਟੀਆਂ ਜੀ ਪਟਿਆਲੇ ਸਾਰੀਆਂ ਹੋਈਆਂ ਡਾਕਟਰ ਉਹ ਸਿਰੀ ਰਲਿਆ ਹੋਇਆ ਸੀਗਾ। ਅਸੀਂ ਛੋਟੇ ਛੋਟੇ ਸੀਗੇ ਸਾਨੂੰ ਨਾਲ ਹੀ ਲੈ ਗਏ ਜੀ ਉੱਤੇ ਅਰਸੌਲੀ ਪਿੰਡ। ਠੀਕ ਹੈ ਜੀ। ਅਰਸੌਲੀ ਪਿੰਡ ਉਹ ਸਿਰੀ ਰਲੇ ਸੀਗੇ ਕਿਸੇ ਜਿਮੀਦਾਰ ਭਰਾ ਦੇ ਨਾਲ। ਹਾਂ ਜੀ। ਉੱਥੋਂ ਇਹ ਗੱਲ ਹੋਈ ਸੀ। ਇਹ ਗੱਲ ਹੋਈ।